ਸਤਿ ਸ਼੍ਰੀ ਅਕਾਲ ਸੰਗਤ ਜੀ, ਦਰਸ਼ਨ ਕਰੋ ਪਵਿੱਤਰ ਗੰਗਾ ਸਾਗਰ ਦੇ, ਜਿਸ ਵਿੱਚ ਕੁੱਲ 288 ਛੇਕ ਨੇ, ਪਰ ਐਸੀ ਕਰਾਮਾਤ ਹੈ ਕਿ ਇਸ ਵਿੱਚੋਂ ਦੁੱਧ ਨਹੀਂ ਵਗਦਾ, ਪਰ ਜੇ ਰੇਤਾ ਪਾਈਏ ਤਾਂ ਜ਼ਰੂਰ ਇਸ ਵਿੱਚੋਂ ਨਿਕਲਦਾ। ਦਰਅਸਲ ਇਹ ਪਵਿੱਤਰ ਨਿਸ਼ਾਨੀ ਗੁਰੂ ਗੋਬਿੰਦ ਸਿੰਘ ਜੀ ਨੇ ਰਾਏ ਕੱਲਾ ਜੀ ਨੂੰ ਦਿੱਤੀ ਸੀ ਅਤੇ ਅੱਜ ਉਹਨਾਂ ਦੀ 9ਵੀਂ ਪੀੜ੍ਹੀ ਦੇ ਕੋਲ ਇਹ ਸੰਭਾਲ ਕੇ ਰੱਖੀ ਗਈ ਹੈ। ਰਾਏਕੋਟ ਜਦੋਂ ਗੁਰੂ ਸਾਹਿਬ ਪਰਿਵਾਰ ਵਿਛੋੜੇ ਤੋਂ ਬਾਅਦ ਪਹੁੰਚੇ ਸੀ, ਉਦੋਂ ਦੀ ਇਹ ਨਿਸ਼ਾਨੀ ਹੈ ਅਤੇ ਇਸ ਨਾਲ ਜੁੜਿਆ ਇਤਿਹਾਸ ਤੁਹਾਨੂੰ ਹੁਣ ਸੁਣਾਉਂਦੇ ਹਾਂ, ਜਿਸ ਰਾਏ ਕੱਲਾ ਜੀ ਦੀ 9ਵੀਂ ਪੀੜ੍ਹੀ ਦੀ ਕੋਲ ਇਸ ਚੀਜ਼ ਸੰਭਾਲ ਕੇ ਰੱਖੀ ਪਈ ਹੈ, ਪਵਿੱਤਰ ਨਿਸ਼ਾਨੀ। ਕੈਨੇਡਾ ਦੇ ਵਿੱਚ ਉਹਨਾਂ ਸੰਗਤ ਨੂੰ ਦਰਸ਼ਨ ਕਰਾਏ ਨੇ। ਸੁਣੋ ਸਾਰਾ ਇਤਿਹਾਸ। ਅਤੇ ਗੁਰੂ ਸਾਹਿਬ ਦੀ ਬਖਸ਼ਿਸ਼ ਜਿਹੜੀ ਗੰਗਾ ਸਾਗਰ ਹੈ, ਸ਼ੁਕਰ ਹੈ ਅਸੀਂ 300 ਸਾਲ ਤੋਂ ਜ਼ਿਆਦਾ ਅਰਸਾ ਹੈ ਸੰਭਾਲ ਕੇ ਰੱਖੀ ਹੈ। ਇਹ ਇੱਕ ਧਾਤੀ ਬਰਤਨ ਹੈਗਾ, ਤਾਂਬਾ ਔਰ ਪਿੱਤਲ ਦੀ ਮਿਕਸ ਧਾਤ ਹੈ। ਸਾਡੇ ਲਈ ਤਾਂ ਸਭ ਤੋਂ ਵੱਡੀ ਗੱਲ ਹੈ ਕਿ ਗੁਰੂ ਸਾਹਿਬ ਦੀ ਇਹਦੀ ਥਾਂ 'ਤੇ ਉਹ ਮਿੱਟੀ ਦਾ ਪਿਆਲਾ ਵੀ ਬਖਸ਼ ਦਿੰਦੇ, ਉਹਦਾ ਵੀ ਸਾਡੇ ਦਿਲ ਦੇ ਵਿੱਚ ਓਨਾ ਹੀ ਇੱਜ਼ਤ ਮਾਣ ਔਰ ਸਤਿਕਾਰ ਹੋਣਾ ਸੀ। ਪਰ ਇਹਦੀ ਬਣਤਰ ਐਸੀ ਹੈ, ਕਮਾਲ ਦੀ ਇੰਜੀਨੀਅਰਿੰਗ ਜਾਂ ਕਮਾਲ ਦੀ ਮਹਾਰਤ ਹੈ ਕਿ ਇਹਦੇ ਵਿੱਚ ਜੇ ਰੇਤਾ ਪਾਈਏ ਉਹ ਘਿਰ ਜਾਂਦਾ, ਅਤੇ ਤਰਲ ਕੋਈ ਵੀ ਪਾਈਏ, ਦੁੱਧ ਜਲ ਪਾਈਏ, ਉਹ ਭਰ ਜਾਂਦਾ। ਥੋੜ੍ਹੇ ਜਿਹੇ ਕਤਰੇ ਗਿਰਦੇ ਜਦੋਂ ਅਸੀਂ ਭਰਦੇ ਹੋਈਏ, ਅਦਰਵਾਈਜ਼ ਇਹਦੇ ਟਿਕ ਜਾਂਦਾ, ਫਿਰ ਜਦੋਂ ਤੁਸੀਂ ਕੱਢਣਾ ਚਾਹੋ ਫਿਰ ਟੂਟੀ ਰਾਹੀਂ ਨਿਕਲਣਾ ਪੈਂਦਾ। ਇਹਦੇ 'ਚ ਟੋਟਲ 288 ਸੁਰਾਖ ਨੇ, ਇਹਦੇ ਵਿੱਚ ਆਲੇ ਦੁਆਲੇ ਅਤੇ ਥੱਲੇ ਵੀ ਹੈਗੇ ਹੈ, ਉੱਪਰ ਵੀ 40 ਸੁਰਾਖਾਂ ਵਾਲੀ ਬਣੀ ਹੋਈ ਹੈ, ਸਾਰੇ ਮਿਲਾ ਕੇ 288। ਸੰਗਤ ਦੀ ਇੱਛਾ ਹੁੰਦੀ ਹੈ ਕਦੀ ਕਦੀ ਕਿ ਜਿਹਨੂੰ ਗੁਰੂ ਸਾਹਿਬ ਦੇ ਆਪਣੇ ਮੁਬਾਰਕ ਹੱਥ ਲੱਗੇ ਨੇ, ਉਹਨਾਂ ਨੂੰ ਜੇ ਪ੍ਰੇਮ ਔਰ ਬਹੁਤ ਹੀ ਸਤਿਕਾਰ ਨਾਲ ਸਾਨੂੰ ਹੱਥ ਲਾਉਣ ਦੀ ਮਾੜਾ ਜਿਹਾ ਇਜਾਜ਼ਤ ਮਿਲ ਜਾਏ, ਤਾਂ ਉਹ ਫਿਰ ਮੈਂ ਕਈ ਵਾਰੀ ਫਿਰ ਉਹਨੂੰ ਨਾਂਹ ਨਹੀਂ ਕਰਦਾ, ਉਹਨਾਂ ਨੂੰ ਮੈਂ ਅਲਾਓ ਕਰਦਾ। ਤੋਂ ਬੱਚੇ ਸਾਹਿਬਜ਼ਾਦੇ ਜ਼ੋਰਾਵਰ ਸਿੰਘ ਜੀ, ਫਤਿਹ ਸਿੰਘ ਜੀ, ਮਾਸੂਮ ਬੱਚੇ, 7 ਔਰ 9 ਸਾਲ ਦੀ ਉਮਰ ਸੀ ਉਹਨਾਂ ਦੀ। ਉਹਨਾਂ ਦੀ ਸ਼ਹੀਦੀ ਦੀ ਗੱਲ ਜਦੋਂ ਗੁਰੂ ਸਾਹਿਬ ਦੇ ਕੰਨ ਵਿੱਚ ਪਈ ਤਾਂ ਉਹਨਾਂ ਨੇ ਆਪਣੀ ਤੀਰ ਦੀ ਨੋਕ ਨਾਲ ਜੜ ਪੁੱਟੀ ਇੱਕ ਕਿ ਜ਼ਾਲਿਮ ਤੁਰਕਾਂ ਦਾ ਰਾਜ ਹੁਣ ਪੁੱਟਿਆ ਗਿਆ। ਲੇਕਿਨ ਦੂਜੇ ਪਾਸੇ ਰਾਏ ਕੱਲਾ ਨੇ ਉਹਨਾਂ ਨੇ ਜਿਹੜਾ ਰਿਸਕ ਲਿਆ, ਆਪਣੀ ਜਾਨ, ਆਪਣੇ ਬੱਚਿਆਂ ਦੀ ਧਨ ਜਾਇਦਾਦ, ਰਿਆਸਤ ਸਭ ਕੁਝ ਦਾਤੇ ਲਾਤੀ, ਲੇਕਿਨ ਗੁਰੂ ਸਾਹਿਬ ਦੀ ਹਸਤੀ ਨੂੰ ਮੁੱਖ ਰੱਖਿਆ। ਔਰ ਜਿੱਥੇ ਕਿ ਜਦੋਂ ਜਾਣ ਲੱਗੇ ਫਿਰ ਗੁਰੂ ਸਾਹਿਬ ਨੇ ਆਪਣੀ ਨਿਸ਼ਾਨੀ ਬਖਸ਼ੀ, ਇੱਕ ਗੰਗਾ ਸਾਗਰ, ਇੱਕ ਸ੍ਰੀ ਸਾਹਿਬ ਔਰ ਇੱਕ ਰੇਲ ਸੀ। ਲੱਕੜੀ ਦੀ ਪੋਥੀ ਧਰ ਕੇ ਪੜ੍ਹਦੇ ਹਾਂ ਸਿੱਖ ਧਰਮ ਦੇ ਵਿੱਚ, ਅਸੀਂ ਕੁਰਾਨ ਸ਼ਰੀਫ ਉਹਦੇ 'ਤੇ ਰੱਖ ਕੇ ਪੜ੍ਹਦੇ ਮੁਸਲਮਾਨ। ਅਤੇ ਸ੍ਰੀ ਸਾਹਿਬ ਅੰਗਰੇਜ਼ ਲੈ ਗਏ ਸੀ 1854 ਵਿੱਚ ਆਪਣੀ ਹਕੂਮਤ ਦੇ ਜ਼ੋਰ 'ਤੇ, ਉਹ ਵਡਮੁੱਲੀਆਂ ਚੀਜ਼ਾਂ ਉਹਨਾਂ ਨੂੰ ਇਕੱਠੇ ਕਰਨ ਦਾ ਸ਼ੌਕ ਸੀ।